ਅਸਲਾਮ ਵਾਲੇਕਮ ਸਿਆਸੀ ਡੇਰਾ ਤੇ ਖੁਸ਼ ਆਮਦਿਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਤੇ ਮਿਠਾ ਜੀ ਵਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਯਕੀਨ ਕਰੋ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਬੜੀ ਹਲਚਲ ਰਹੀ ਹੈ ਫੈਜ਼ਾਬਾਦ ਤਰਨਾ ਕੇਸ ਕੀ ਹੋ ਗਿਆ ਉਸ ਤੋਂ ਬਾਅਦ ਹੋਰ بڑے ਮਾਮਲੇ ਆਥੇ ਆਰਿਫ ﺍﻟवी ਦੇ ਬਾਰੇ ਕਾਫੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਤੇ ਗੱਪਸ਼ਪ ਜਿਹੜੀ ਉਹ ਲੱਗਦੀ ਰਹੀ ਹੈ ਅੜਿਆਲਾ ਜੇਲ੍ਹ ਦੇ ਵਿੱਚ ਨਵੇਂ ਰੋਲੇ ਪਏ ਨੇ ਉਹ ਜਿਹੜਾ ਵਕੀਲ ਸੀ ਇੱਕ ਬਾਜਵਾ ਮੇਰੇ ਖਿਆਲ ਨਾਲ ਤੇ ਉਹ ਸ਼ਰਾਬ ਪੀਤੀ ਸੀ ਉਹ ਕਹਿੰਦਾ ਖਾਨ ਸਾਹਿਬ ਨੂੰ ਜੇਲ੍ਹ ਦੇ ਵਿੱਚ ਜ਼ਹਿਰ ਜਿਹੜਾ ਉਹ ਦਿੱਤਾ ਗਿਆ ਉਸ ਤੋਂ ਬਾਅਦ ਸ਼ੌਕਤ ਖਾਨਮ ਦੇ ਡਾਕਟਰ ਜਿਹੜੇ ਨੇ ਡਾਕਟਰ ਫੈਸਲ ਤੇ ਪਤਾ ਨਹੀਂ ਹੋਰ ਕਿਹੜਾ ਕਿਹੜਾ ਉਹਨਾਂ ਜਾ ਕੇ ਖਾਨ ਸਾਹਿਬ ਦਾ ਮਾਹਨਾ ਕੀਤਾ ਉਹਨਾਂ ਕਹਿੰਦੇ ਖਾਨ ਸਾਹਿਬ ਤੇ ਬਿਲਕੁਲ ਠੀਕ ਠਾਕ ਨੇ ਕੋਈ ਜ਼ਹਿਰ ਨਹੀਂ ਕੋਈ ਕੁਝ ਨਹੀਂ ਔਰ ਇਹ ਜਿਹੜਾ ਵਕੀਲ ਏ ਬਿਲਕੁਲ ਝੂਠ ਬੋਲਦਾ ਪਿਆ ਖਾਨ ਸਾਹਿਬ ਦਾ ਅਜੀਬ ਮਾਮਲਾਤ ਨੇ ਬਸ ਸਿੱਧੀ ਸਿੱਧੀ ਗੱਲ ਕਰੋ ਕਿ ਖਾਨ ਸਾਹਿਬ ਜਿਹੜੇ ਨੇ ਉਹ ਆਂਦੇ ਨੇ ਮੈਨੂੰ ਕੱਢੋ ਜੇਲ੍ਹ ਚ ਮਾਫੀ ਮੰਗੋ ਜੇ ਮਿਲਦੀ ਏ ਤੇ ਦਹਾ ਹੋਜੋ ਜੇ ਨਹੀਂ ਮਿਲਦੀ ਤੇ ਜੇਲ੍ਹ ਕੱਟੋ ਇਹਦੇ ਚ ਹੁਣ ਇਹ ਰੌਲਾ ਰੱਬਾ ਬਾਣ ਦੀ ਕਿਹੜੀ ਗੱਲ ਠੀਕ ਹੋ ਗਿਆ ਨਾ ਜੀ ਬਈ ਬੰਦਾ ਪੰਗਾ ਉਹਨਾਂ ਲਵੇ ਜਿੰਨਾ ਸਹਿ ਸਕੇ ਮਤਲਬ ਤੁਸੀਂ ਅੰਦਾਜ਼ਾ ਲਾਓ ਨਾ ਜ਼ਰਦਾਰੀ ਦੇ ਵੀ ਜੇਲਾ ਕਟੀਆਂ ਨਵਾਜ਼ ਸ਼ਰੀਫ ਨੇ ਵੀ ਕਟੀਆਂ ਸ਼ਬਾਸ਼ ਸ਼ਰੀਫ ਨੇ ਵੀ ਕਟੀਆਂ ਸਾਰੇ ਲੀਡਰਾਂ ਨੇ ਕਟੀਆਂ ਕਦੀ ਕਿਸੇ ਨੇ ਚੀਕ ਮਾਰੀ ਕਦੀ ਕਿਸੇ ਨੇ ਕੁਛ ਕਿਹਾ ਜਿੱਥੇ ਜਿੱਥੇ ਕਿਸੇ ਨੂੰ ਕੋਈ ਸੁਣਦਾ ਰਿਹਾ ਚੁੱਪ ਕਰਕੇ ਉਸਹੰਦਾ ਰਿਹਾ ਇੱਥੇ ਇਹ ਖੇਖਣ ਜਿਹੜੇ ਨੇ ਇਹ ਹੀ ਨਹੀਂ ਪੂਰੇ ਹੋਰ ਬਸ ਸਿੱਧੀ ਸਿੱਧੀ ਗੱਲ ਕਰ ਜਿਹੜੀ ਅੰਦਰ ਦੀ ਗੱਲ ਹੈ ਜੀ ਮੈਂ ਮਾਫੀ ਮੰਗਣਾ ਪਿਆ ਮੇਰੀ ਗੱਲ ਨਹੀਂ ਹਾਫਤ ਸਾਹਿਬ ਸੁਣਦੇ ਪਏ ਤੇ ਮੈਨੂੰ ਕੱਢੋ ਯਾਰ ਇੱਥੋਂ ਮੈਂ ਨਹੀਂ ਭੁਗਤ ਸਕਦਾ ਗਲਤੀ ਹੋ ਗਈ ਮਾਫ ਕਰ ਦਿਓ ਠੀਕ ਹੋ ਗਿਆ ਨਾ ਮੈਂ ਜਿਹੜਾ ਉਹ ਇਨਕਲਾਬ ਲੈ ਕੇ ਆਣਾ ਸੀ ਉਹ ਇਨਕਲਾਬ ਜਿਹੜਾ ਜਲਾਬ ਵਿੱਚ ਤਬਦੀਲ ਹੋ ਗਿਆ ਤੇ ਮੈਨੂੰ ਜਲਾਬ ਲੱਗ ਗਿਆ ਤੇ ਮੈਨੂੰ ਇੱਥੋਂ ਕੱਢ ਲਓ ਸਿੱਧੀ ਸਿੱਧੀ ਗੱਲ ਕਰ ਤੂੰ ਪਵਾਸੀਰ ਪਾਂਡੇ ਹਰ ਰੋਜ਼ ਨਵੇਂ ਇਲਜ਼ਾਮਾਂ ਦੀ ਕਦੀ ਜ਼ਹਿਰ ਦਿੱਤੀ ਜਾ ਰਹੀ ਹੈ ਤੇ ਕਦੀ ਫਲਾਣਾ ਦਿੱਤਾ ਜਾ ਰਿਹਾ ਤੇ ਕਦੀ ਟੀਕਾ ਲਾਇਆ ਜਾ ਰਿਹਾ ਇਹ ਇਹ ਨਹੀਂ ਚੱਲੇਗਾ ਖਾਨ ਸਾਹਿਬ ਠੀਕ ਹੋ ਗਿਆ ਨਾ ਤੇ ਇਹ ਬਾਰਲ ਉਹ ਜਿਹੜਾ ਡਾਕਟਰ ਸੀ ਫੈਸਲ ਸ਼ੌਕਤ ਖਾਨਮ ਦਾ ਉਹਨੇ ਆ ਕੇ ਤੇ ਇਹ ਨਿਆਜ਼ੀ ਦੇ ਵਕੀਲ ਨੇ ਜਿਹੜੀ ਬਕਵਾਸਿਆਦ ਕੀਤੀ ਸੀ ਕਿ ਜ਼ਹਿਰ ਦਿੱਤਾ ਜਾ ਰਿਹਾ ਉਹ ਉਹਨੂੰ ਉਹਨੇ ਰੱਦ ਕਰ ਦਿੱਤਾ ਉਹਨੇ ਮਾਨਾ ਕੀਤਾ ਤੇ ਉਹਨੇ ਕਿਹਾ ਖਾਨ ਸਾਹਿਬ ਬਿਲਕੁਲ ਠੀਕ ਨੇ ਬਿਲਕੁਲ ਤੁਸੀਂ ਇਹਨਾਂ ਦੀ ਲਿੱਤਰ ਪ੍ਰੇੜ ਸੁਬਾ ਸੁਬਾ ਸ਼ਾਮ ਜੇਲ੍ਹ ਵਾਲੇ ਤੁਸੀਂ ਕਰ ਸਕਦੇ ਹੋ ਬਿਲਕੁਲ ਫਟਫਟ ਹੈ ਵਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਇਆ ਨਵਾਜ਼ ਸ਼ਰੀਫ ਦੇ ਖਿਲਾਫ ਸਾਜ਼ਿਸ਼ ਵੱਡੀ ਗਵਾਹੀ ਆ ਗਈ ਜਿਵੇਂ ਜਿਵੇਂ ਵਕਤ ਕਰੀਬ ਆ ਰਿਹਾ ਓਵੇਂ ਓਵੇਂ ਇਹ ਜਿਹੜੇ ਤੋਤੇ ਸੀ ਉਸ ਵਕਤ ਦੇ 2-3 ਜਿਹੜੇ ਮੁਲਕ ਦੁਸ਼ਮਣ ਜਰਨੈਲ ਸੀ ਉਹਨਾਂ ਦੇ ਤੋਤੇ ਹੌ ਹੌਲਾ ਹੌ ਬੋਲਣਾ ਸ਼ੁਰੂ ਹੋ ਗਏ ਨੇ ਔਰ ਵੱਡੀਆਂ-ਵੱਡੀਆਂ ਗਵਾਹੀਆਂ ਜਿਹੜੀਆਂ ਨੇ ਉਹ ਸਾਹਮਣੇ ਆਣੀਆਂ ਸ਼ੁਰੂ ਹੋ ਗਏ ਵੇਖੋ ਮਾਮਲਾ ਪਾਕਿਸਤਾਨ ਦਾ ਇਹ ਕਿਸੇ ਸਿਆਸਤਦਾਨ ਦਾ ਜਾਂ ਕਿਸੇ ਪਾਰਟੀ ਦਾ ਮਾਮਲਾ ਨਹੀਂ मामला ਸਾਡੀ ਸਰਜ਼ਮੀਨ ਦਾ ਧਰਤੀ ਦਾ ਮਿੱਟੀ ਦਾ ਪਾਕਿਸਤਾਨ ਦਾ ਵਤਨ ਦਾ ਫੌਜ ਦਾ ਸਲਾਮਤੀ ਦਾ ਇਹਦੇ ਵਿੱਚ ਕੋਈ ਵੀ ਹੋਏਗਾ ਤੇ ਅਸੀਂ ਉਹਦੀ ਮੰਜੀ ਜਿਹੜੀ ਆ ਉਹ ਠੋਕਾਂਦੇ ਬਿਲਕੁਲ ਇਹਦੇ ਵਿੱਚ ਕੋਈ ਦੂਸਰੀ ਰਾਏ ਨਹੀਂ ਹੋ ਸਕਦੀ ਕਿਉਂਕਿ ਪਾਕਿਸਤਾਨ ਸਭ ਤੋਂ ਪਹਿਲੇ ਆ ਉਹਦੇਦਾਰ ਸਿਆਸਤਦਾਨ ਜਰਨਲ ਜੱਜ ਇਹ ਆਂਦੇ ਜਾਂਦੇ ਰਹਿਣੇ ਨੇ ਦਿਹਾੜੇ ਕਿਆਮਤ ਤੱਕ ਲੇਕਿਨ ਮੁਲਕ ਤੇ ਉੱਥੇ ਰਹਿਣਾ ਕਿ ਨਹੀਂ ਮੁਲਕ ਦੇ ਬਾਰੇ ਗੱਲ ਕਰਨੀ ਚਾਹੀਦੀ ਹੈ ਠੀਕ ਹੋ ਗਿਆ ਨਾ ਨਵਾਜ਼ ਸ਼ਰੀਫ ਦੇ ਖਿਲਾਫ ਸਾਜ਼ਿਸ਼ ਤੇ ਵੱਡੀ ਗਵਾਹੀ ਆ ਗਈ ਇਹ ਕੀ ਮਾਮਲਾ ਇਹ ਦੱਸਨੇ ਫੈਜ਼ ਉਮੀਦ ਦੇ ਨਜਾਇਜ਼ ਅਸਾਸੇ ਕਿਆ ਸਜ਼ਾ ਮਿਲੇਗੀ ਇਹ ਨਜਾਇਜ਼ ਅਸਾਸੇ ਇਹਦੇ ਕੌਣ ਨੇ ਕਿਹੜੇ ਨੇ ਕਿੱਥੇ ਨੇ ਤੇ ਕਿੰਨੇ ਨੇ ਤੇ ਕਿਸ ਤਰ੍ਹਾਂ ਦੇ ਨੇ ਇਹ ਸਾਰੀ ਵਾਰਦਾਤ ਜਿਹੜੀ ਹੈ ਇਹ ਮੈਂ ਤੁਹਾਡੇ ਗੋਸ਼ਟਗੁਜ਼ਾਰ ਕਰਨੀ ਹੈ ਅੱਗੇ ਤੁਸੀਂ ਆ ਜਾਓ ਜੀ ਆਮ ਇੰਤਖਾਬਾਂ ਦੀ ਤਾਰੀਖ ਆ ਗਈ ਇਲੈਕਸ਼ਨ ਕਮਿਸ਼ਨ ਦਾ ਵੱਡਾ ਐਲਾਨ ਇਹ ਕੀ ਮਾਮਲਾ ਹੈ ਇਹ ਤੁਹਾਡੇ ਸਾਹਮਣੇ ਅਸੀਂ ਗੋਸ਼ਟਗੁਜ਼ਾਰ ਕਰਨੇ ਆ ਸਭ ਤੋਂ ਪਹਿਲੇ ਮੇਰੇ ਖਿਆਲ ਦੇ ਮੁਤਾਬਕ ਅਸੀਂ ਇਲੈਕਸ਼ਨ ਕਮਿਸ਼ਨ ਤੇ ਹੀ ਆ ਜਾਈਏ ਇਲੈਕਸ਼ਨ ਦੀ ਤਾਰੀਖ ਤੇ ਹੀ ਆ ਜਾਈਏ ਅਸੀਂ ਤੁਹਾਨੂੰ ਕਹਿ ਰਹੇ ਸੀ ਪਿਛਲੇ 2-3 ਹਫਤਿਆਂ ਤੋਂ ਕਿ ਸਾਡਾ ਦਿਲ ਕਹਿੰਦਾ ਕਿ ਫਰਵਰੀ 15 ਫਰਵਰੀ ਤੱਕ ਇੰਤਖਬਾਤ ਜਿਹੜੇ ਨੇ ਉਹ ਹੋ ਜਾਣਗੇ ਜ਼ਰੀ ਗੱਲ ਇਹ ਅੱਗੋਂ ਫਿਰ ਮਾਰਚ ਦੇ ਵਿੱਚ ਸੈਨੇਟ ਦੇ ਇਲੈਕਸ਼ਨ ਨੇ ਤੇ ਜਿੰਨੀ ਦੇਰ ਤੱਕ ਚਾਰਾਂ ਚਾਰੋਂ ਅਸੈਂਬਲੀਆਂ ਜਿਹੜੀਆਂ ਨੇ ਉਹ ਮੌਜੂਦ ਨਹੀਂ ਹੋਣਗੀਆਂ ਤੇ ਸੈਨੇਟ ਦੇ ਇਲੈਕਸ਼ਨ ਤੇ ਨਹੀਂ ਨਾ ਹੋ ਸਕਦੇ ਕਿਉਂਕਿ ਸੈਨੇਟ ਦੇ ਵਿੱਚ ਜਿਹੜਾ ਵੋਟ ਪੈਂਦਾ ਉਹ ਤਾਂ ਸਭਾਈ ਅਸੈਂਬਲੀਆਂ ਦਾ ਪੈਂਦਾ ਤੇ ਕੌਮੀ ਅਸੈਂਬਲੀ ਦਾ ਪੈਂਦਾ ਤੇ ਇਸ ਵਾਸਤੇ ਸੈਨੇਟ ਨੂੰ ਕਾਇਮ ਰੱਖਣ ਵਾਸਤੇ ਇਹ ਜ਼ਰੂਰੀ ਸੀ ਕਿ ਫਰਵਰੀ ਦੇ ਵਿੱਚ ਇنتਖਬਾਤ ਜਿਹੜੇ ਨੇ ਇਹ ਲੇਟ ਤੋਂ ਲੇਟ ਵਿੱਚ ਨੋ ਫਰਵਰੀ ਦੇ ਆਖਰ ਤੱਕ ਤੁਸੀਂ ਕਰਵਾ ਕੇ ਤੇ ਸੈਨੇਟ ਜਿਹੜਾ ਉਹ ਬਚਾ ਸਕਦੇ ਹੋ ਠੀਕ ਹੈ ਨਾ ਜੀ ਐਨੀ ਇੱਕ ਤਕਾਜ਼ਾ ਜਿਹੜਾ ਉਹ ਤੁਸੀਂ ਪੂਰਾ ਕਰ ਸਕਦੇ ਹੋ ਤੇ ਬਹਰਲ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਜਿਹੜਾ ਉਹਨੇ ਐਲਾਨ ਕਰ ਦਿੱਤਾ ਕਿ 11 ਫਰਵਰੀ ਬਰੋਜ਼ ਇਤਵਾਰ ਨੂੰ ਪਾਕਿਸਤਾਨ ਦੇ ਵਿੱਚ ਇਲੈਕਸ਼ਨ ਹੋਣਗੇ ਇੰਤਖਬਾਤ ਹੋਣਗੇ ਤੇ ਜਿੱਥੇ ਜਿੱਥੇ ਵੀ ਤੁਸੀਂ ਆਓ ਹੁਣ ਤੁਹਾਨੂੰ ਪਤਾ ਤੇ ਲੱਗ ਹੀ ਗਿਆ ਹੋਣਾ ਕਿ 11 ਫਰਵਰੀ ਦੀ ਤਾਰੀਖ ਅੱਜ ਦੇ ਦਿਨ ਤੱਕ ਆਜ ਗਈ ਹੈ ਔਰ ਲੱਗਦਾ ਸਾਨੂੰ ਇਹ ਹੀ ਹੈ ਕਿ ਇਹ ਹੀ ਤਾਰੀਖ ਹੋਏਗੀ ਜਿਹੜੀ ਅੱਜ ਦਿੱਤੀ ਹੈ ਇਲੈਕਸ਼ਨ ਕਮਿਸ਼ਨ ਨੇ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਲਿਖ ਕੇ ਦਿੱਤਾ ਤੇ ਸੁਪਰੀਮ ਕੋਰਟ ਦੇ ਵਿੱਚੋਂ ਲਿਖ ਕੇ ਦੇ ਦਿੱਤੀ ਹੈ ਤਾਰੀਖ ਤੇ ਮਤਲਬ ਇਹ ਹੈ ਕਿ ਇਹਨੂੰ ਪੱਕੀ ਹੀ ਅਸੀਂ ਸਮਝੀਏ ਬਹਰਲ ਅਸੀਂ ਇਹ ਇਹ ਜਿਹੜੀ ਤਾਰੀਖ ਦਿੱਤੀ ਗਈ ਹੈ ਇਹਨੂੰ ਵੀ ਅਸੀਂ 90% ਜਿਹੜਾ ਨਾ ਉਹ ਕੰਨੇ ਆ ਹੋ ਸਕਦਾ ਹੈ ਵਿੱਚ ਕੋਈ ਹੋਰ ਖਰਾਬੀਆਂ ਪੈਦਾ ਹੋ ਜਾਣ ਤੇ ਦੋ ਹਫ਼ਤੇ ਅੱਗੇ ਚਲਾ ਜਾਏ ਫਰਵਰੀ ਦੇ ਆਖਰ ਤੱਕ ਚਲਾ ਜਾਏ 20 ਫਰਵਰੀ ਤੱਕ ਚਲਾ ਜਾਏ ਜਾਂ 28 ਫਰਵਰੀ ਤੱਕ ਚਲਾ ਜਾਏ ਇਹ ਕਿਸੇ ਮਤਲਬ ਕਿ ਪਾਕਿਸਤਾਨ ਹੈ ਨਾ ਕੁਝ ਵੀ ਹੋ ਸਕਦਾ ਹੈ ਕੋਈ ਮਾਮਲਾਤ ਕਿਤੇ ਗੜਬੜ ਹੋ ਸਕਦੇ ਨੇ ਕੋਈ ਸਿਕਿਉਰਟੀ ਦੇ ਮਸਲੇ ਬਣ ਸਕਦੇ ਨੇ ਕੋਈ ਬਾਰਡਰਾਂ ਤੇ ਕੋਈ ਖੜਖਣਾ ਸ਼ੁਰੂ ਹੋ ਜਾਂਦਾ ਤੇ ਮਾਮਲਾਤ ਜਿਹੜੇ ਨੇ ਉਹ ਤੁਹਾਨੂੰ ਪਤਾ ਹੈ ਕਿ ਅਫਗਾਨੀ ਨਿਕਲ ਰਹੇ ਨੇ ਉਹ ਮਾਮਲਾਤ ਨੇ ਸਿਕਿਉਰਿਟੀ ਦੇ ਨੇ ਹੋਰ ਨੇ ਕਈ ਚੱਕਰ ਜਿਹੜੇ ਨੇ ਪਾਕਿਸਤਾਨ ਦੇ ਵਿੱਚ ਇਹ ਫੈਜ਼ ਅਮੀਰ ਔਰ ਨਿਆਜ਼ੀ ਖਲਾਰ ਗਿਆ ਤੇ ਉਹ ਜ਼ਹਿਰੀ ਗੱਲ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਇਲੈਕਸ਼ਨ ਕਰਾਣਾ ਨਾ ਇਲੈਕਸ਼ਨ ਵਾਸਤੇ ਤੁਹਾਨੂੰ ਇੱਕ ਪੁਰ ਅਮਨ ਪੁਰ ਸਕੂਨ ਮਾਹੌਲ ਜਿਹੜਾ ਉੱਚਾ ਇਹਦਾ ਹੁੰਦਾ ਤੇ ਬਰਲ 11 ਫਰਵਰੀ ਦਾ ਐਲਾਨ ਇਲੈਕਸ਼ਨ ਕਮਿਸ਼ਨ ਨੇ ਕਰ ਦਿੱਤਾ ਤੇ ਆਪਣੇ ਆਪਣੇ ਘੋੜੇ ਤੁਸੀਂ ਭਜਾ ਲਓ ਸਾਰੀਆਂ ਪਾਰਟੀਆਂ ਤੇ ਜ਼ਰਦਾਰੀ ਸਾਹਿਬ ਤੇ ਬਲਾਵਲ ਸਾਹਿਬ ਆ ਗਈ ਤਰੀਖ ਖਾਨ ਸਾਹਿਬ ਤਰੀਖ ਆ ਗਈ ਹੈ ਤੇ ਹੁਣ ਲੜ ਲਓ ਇਲੈਕਸ਼ਨ ਹੁਣ ਲਗੋਟ ਕੱਸ ਲਓ ਤੁਸੀਂ ਵੀ ਬੜੀ ਤੁਹਾਨੂੰ ਅੱਗ ਲੱਗੀ ਸੀ ਨਾ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਐਲਾਨ ਨਹੀਂ ਪਿਆ ਕਰਦਾ ਬਲਾਵਲ ਸਾਹਿਬ ਆ ਗਿਆ ਜ ਐਲਾਨ ਹੋ ਜੋ ਸ਼ੁਰੂ ਫਿਰ ਵੇਖੀ ਜਾਦੀ ਜੋਸ ਆਖਿਆ ਇਹ ਹੋਏਗਾ ਇਹ ਕੋੜਾ ਤੇ ਇਹ ਕੋੜੇ ਦਾ ਮੈਦਾਨ ਇਹ ਤੇ ਹੋ ਗਿਆ ਜਨਾਬ ਇਲੈਕਸ਼ਨ ਕਮਿਸ਼ਨ ਦਾ ਫੈਸਲਾ 11 ਫਰਵਰੀ ਬਰੋਜ ਇਤਵਾਰ ਤੁਸੀਂ ਯਾਦ ਰੱਖਣਾ ਠੀਕ ਹੋ ਗਿਆ ਨਾ ਜੀ ਤੇ ਅਗਲੀ ਖਬਰ ਤੇ ਤੁਸੀਂ ਜਨਾਬ ਆਜੋ ਫੈਜ਼ ਉਮੀਦ ਦੇ ਨਜਾਇਜ਼ ਅਸਾਸੇ ਕਿ ਆ ਸਜ਼ਾ ਮਿਲੇਗੀ ਫੈਜ਼ ਉਮੀਦ ਦੇ ਵੈਸੇ ਤੇ ਬੜੇ ਹੀ ਨਜਾਇਜ਼ ਅਸਾਸੇ ਨੇ ਅਗਰ ਤੁਸੀਂ ਇਹ ਉਹਦੀ ਕਰਪਸ਼ਨ ਦੇ ਹਵਾਲੇ ਦੇ ਨਾਲ ਅਸੀਂ ਵੇਖੀਏ ਤੇ ਫੈਜ਼ ਉਮੀਦ ਜ਼ਹਰੀ ਗੱਲ ਹੈ ਜਦੋਂ ਪਰਤੀ ਹੋਇਆ ਹੋਏਗਾ ਉਦੋਂ ਕਿਸੇ ਗਰੀਬ ਖਾਨਦਾਨ ਦੇ ਨਾਲ ਤਲਕ ਹੋਏਗਾ ਨਾ ਨਜ਼ਰ ਤੇ ਇਹੀ ਸਾਨੂੰ ਆਉਂਦਾ ਹੈ ਨਾ ਅਗਰ ਪਿੱਛੋਂ ਸ਼ਜਰਾ ਨਸਬ ਖੋਲ ਕੇ ਲਿਆਈਏ ਤੇ ਫੈਜ਼ ਉਮੀਦ ਇੰਜ ਹੀ ਹੈ ਨਾ ਬਈ ਜਿਵੇਂ ਮਤਲਬ ਹੈ ਬੂਟੇ ਮਸਲੀ ਦਾ ਮੁੰਡਾ ਮਤਲਬ ਚਲੋ ਅਸੀਂ ਆਪਣੇ ਪਿੰਡ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ ਨਾ ਜੀ ਮਤਲਬ ਇੰਜ ਹੀ ਸਮਝੋ ਜਿਵੇਂ ਦਿੱਤੇ ਮਰਾਸੀ ਦਾ ਮੁੰਡਾ ਸਾਡਾ ਜਿਹੜਾ ਨਾਈ ਸੀ ਅਗਰ ਛਜਰਾ ਨਸਰ ਪਿੱਛੋਂ ਫੋਲ ਕੇ ਲਿਆ ਵੀ ਫੈਜ਼ ਅਮੀਦ ਦਾ ਨਾ ਪੋਏ ਨਾ ਭਾਂਡਾ ਨਾ ਘਰ ਨਾ ਬੂਆ ਨਾ ਉਸ ਦਾ ਕਿਹਾ ਨਾ ਡੇਰਾ ਨਾ ਡੱਪਾ ਤੇ ਇਸ ਤਰ੍ਹਾਂ ਇਹ ਭਰਤੀ ਕਿਤੇ ਜੁਗਾੜ ਲੱਗ ਗਿਆ ਤੇ ਭਰਤੀ ਹੋ ਗਿਆ ਫੈਜ਼ ਅਮੀਦ ਔਰ ਉਸ ਤੋਂ ਬਾਅਦ ਫਿਰ ਜਦੋਂ ਉਤਾਂ ਬੰਦਾ ਆ ਜਾਂਦਾ ਥੋੜਾ ਜਿਹਾ ਤੇ ਜ਼ਿਹਨ ਦੇ ਵਿੱਚ ਫਿਰ ਪਾਕਿਸਤਾਨ ਦੀ ਦੁਸ਼ਮਣੀ ਵੀ ਹੋਏ ਔਰ ਪਾਕਿਸਤਾਨ ਤੇ ਹਕੂਮਤ ਕਰਨ ਦਾ ਖਾਬ ਵੀ ਹੋਏ ਮਤਲਬ ਫੌਜ ਦੀ ਬਦਨਾਮੀ ਕਰਕੇ ਉਹਦੀ ਵਰਦੀ ਪਾ ਕੇ ਮਤਲਬ ਕਿ ਪਾਕਿਸਤਾਨ ਦਾ ਜਿਹੜਾ ਇਹ ਇਹ ਇੱਕ ਸੱਸ ਹੈ ਪਾਕ ਫੌਜ ਜਿਹਦੇ ਆਸਤੇ ਪੂਰੀ ਕੌਮ ਹਰ ਵਕਤ ਅਸੀਂ ਦੁਆ ਕਰਨੇ ਆ ਮਤਲਬ ਉਹ ਨੂੰ ਇਸਤੇਮਾਲ ਕਰਕੇ ਇਕਤਦਾਰ ਦੀ ਸੀੜੀ ਤੱਕ ਪਹੁੰਚਣਾ ਇਹ ਕੁਝ ਖਾਲਾ ਜੀ ਦਾ ਵਾੜਾ ਤਾਂ ਨਹੀਂ ਨਾ ਇਹ ਕੋਈ ਉਹੀ ਕਰ ਸਕਦਾ ਹੈ ਜਿਹੜਾ ਵਤਨ ਨਾਲ ਮੁਹੱਬਤ ਨਹੀਂ ਕਰਦਾ ਜਿਹੜਾ ਸਿਰਫ ਔਰ ਸਿਰਫ ਪਾਕਿਸਤਾਨ ਤੇ ਕਬਜ਼ਾ ਕਰਕੇ ਤੇ ਖਿਲਵਾੜ ਕਰਨਾ ਚਾਹੁੰਦਾ ਕਿਸੇ ਦਾ ਖੇਡ ਖੇਡਣਾ ਚਾਹੁੰਦਾ ਇਵੇਂ ਗੱਲ ਇਹਨਾਂ ਵੈਸੇ ਤੇ ਇਹਦੇ ਬੜੇ ਨਜਾਇਜ਼ ਕੰਮ ਨੇ ਫੈਜ਼ ਉਮੀਦ ਦੇ ਯਾਨੀ ਕਿ ਇੱਕ ਟਕੇ ਟਿੰਡ ਤੋਂ ਖਰਪਤੀ ਬਣ ਗਿਆ ਹੁਣ ਚਕਵਾਲ ਦੇ ਵਿੱਚ ਜਿਹੜਾ ਇਹਦਾ ਮਹੱਲੇ ਉਹ 5 ਅਰਬ ਰੁਪਏ ਦਾ ਦੱਸਿਆ ਜਾਂਦਾ ਔਰ ਉਹਦਾ ਸਾਰਾ ਫਰਨੀਚਰ ਟੈਲਾਂ ਹਰ ਸ਼ਿਆ ਬਾਹਰੋਂ ਇਟਲੀ ਤੋਂ ਆ ਕੇ ਲੱਗੀਆਂ ਨੇ ਉਹ ਪੈਸੇ ਕਿੱਥੋਂ ਆਏ ਕੀ ਆ ਕਿਸੇ ਨੇ ਹਿਸਾਬ ਲੈਣਾ ਕੀ ਇਹਨੂੰ ਸਜ਼ਾ ਮਿਲਣੀ ਇਹਦੇ ਘਰ ਦੇ ਵਾਲੇ ਜੁਆਲੇ 3000 ਏਕੜ ਦੇ ਕਰੀਬ ਜ਼ਮੀਨ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਕੇ ਆਪਣੇ ਨਾਮ ਲਵਾਈ ਗਈ। ਕਿ ਆ ਕਿਸੇ ਨੇ ਪੁੱਛਣਾ ਕਿ ਕਿਸੇ ਨੇ ਹਿਸਾਬ ਲੈਣਾ ਨਹੀਂ ਲੈਣਾ ਕਿਸੇ ਨੇ। ਵਿੱਚ ਕਈ ਬਾਗਾਦ ਤੇ ਕਈ ਚਿੜਿਆਕਾਰ ਤੇ ਕਈ ਜਨਾਬ ਉੱਥੇ ਪਤਾ ਨਹੀਂ ਕੀ ਕੀ ਉੱਥੇ ਬਣੇ ਨੇ। ਉਹ ਕਿੰਨੇ ਪੁੱਛਣਾ। ਕਿੰਨੀ ਕੁ ਤਨਹਾ ਹੁੰਦੀ ਹੋएगी ਇਹਦੀ 8 ਲੱਖ 5 ਲੱਖ 10 ਲੱਖ ਇਹਦੇ ਨਾਲ ਸਾਰਾ ਕੁਝ ਮਿਲ ਜਾਂਦਾ? ਨਹੀਂ ਮਿਲਦਾ। ਤੇ ਕੋਈ ਹਿਸਾਬ ਲੈਣ ਵਾਲਾ ਹੈ? ਨਹੀਂ ਸਾਡੇ ਤਾਂ ਕੋਈ ਨਜ਼ਰ ਨਹੀਂ ਆਂਦਾ। ਮੈਨੂੰ ਤਾਂ ਨਹੀਂ ਲੱਗਦਾ ਕਿ ਕਾਜ਼ੀ ਸਾਹਿਬ ਵੀ ਹਿਸਾਬ ਲੈਣਗੇ। ਮਤਲਬ ਇਹ ਰੌਲਾ ਤਾਂ ਬੜਾ ਪਿਆ ਕਾਜ਼ੀ ਦਾ ਲੇਕਿਨ ਕੁਸ਼ਾ ਨਜ਼ਰ ਨਹੀਂ ਪਈ ਹੁੰਦੀ। ਮਤਲਬ ਹਜੇ ਤੱਕ ਕਾਜ਼ੀ ਸਾਹਿਬ ਨੇ ਫੈਜ਼ ਨੂੰ ਇਦਨੋ ਨੋਟਿਸ ਨਹੀਂ ਕਰ ਲਿਆ। ਸੁਪਰੀ ਉਹ ਜਿਹੜਾ ਫੈਜ਼ਾਬਾਦ ਧਰਨਾ ਕੇਸ ਹੈ। ਹਾਲਾਂਕਿ ਹੁਣ ਤੱਕ ਨੋਟਿਸ ਚਲਾ ਜਾਣਾ ਚਾਹੀਦਾ ਸੀ ਔਰ ਫੈਜ਼ ਨੂੰ ਉੱਥੇ ਹਾਜ਼ਰ ਕਰਕੇ ਹੱਥਕੜੀ ਵੀ ਲੱਗ ਜਾਣੀ ਚਾਹੀਦੀ ਸੀ ਏਡੀ ਕਿਹੜੀ ਗੱਲ ਹੈ? ਮੁਲਕ ਤੋਂ ਵੱਡਾ ਕੌਣ ਹੋ ਸਕਦਾ ਕਾਜ਼ੀ ਸਾਹਿਬ? ਜਦੋਂ ਹਰ ਸ਼ਾਇਦ ਤੁਹਾਡੇ ਸਾਹਮਣੇ ਆ ਤੇ ਫਿਰ ਕਿਹੜੇ ਰੋਲੇ ਤੇ ਰੱਖੇ ਫਿਰ ਕਿਹੜੇ ਖੇਖਨੇ ਤੇ? ਠੀਕ ਹੈ ਨਾ ਜੀ ਫਿਰ ਅਜੇ ਤੱਕ ਤੇ ਕਾਜ਼ੀ ਸਾਹਿਬ ਸਾਨੂੰ ਮਜੂਜ਼ ਹੀ ਕਰ ਰਹੇ ਨੇ ਗੱਲ ਸਿੱਧੀ ਜਿਹੜੀ ਉਹ ਕਰਨੀ ਚਾਹੀਦੀ ਹੈ ਪਤਾ ਨਹੀਂ ਅੱਗੋਂ ਅਗਲੇ ਹਫਤੇ ਕੋ ਮਾਮਲਾ ਬਦਲ ਜਾਏ ਕਾਜ਼ੀ ਸਾਹਿਬ ਵੱਡੇ ਆਦਮੀ ਨੇ ਕੁਛ ਨਾ ਹੋਰ ਸੋਚਿਆ ਹੋਵੇ ਲੇਕਿਨ ਹਜੇ ਤੱਕ ਇਹਨਾਂ ਜੀ ਅਬਾ ਜੀ ਮਡਾਮਾ ਡੋਲੀ ਸਾਖਤਾਬ ਹੈ ਪੁਰਾਣੀ ਤਰ੍ਹਾਂ ਦੀ ਕੰਮ ਜਿਹੜਾ ਨਾ ਉਹ ਚੱਲਦਾ ਪਿਆ ਇਹ ਤੇ ਇਹਦੇ ਗੰਦੇ ਇਹ ਕਬਜ਼ਾ ਫੈਕਟਰੀਆਂ ਮਾਲ ਜੋ ਡਕੈਤੀਆਂ ਇਹ ਸਾਰਾ ਇਹ ਫੈਜ਼ ਜ਼ਮੀਨ ਤੇ ਕਰਦਾ ਰਿਹਾ ਆਪਣੀ ਜ਼ਾਤੀ ਕ੍ਰਪਸ਼ਨ ਜਿਹੜੀ ਹੈ ਲੇਕਿਨ ਪਾਕਿਸਤਾਨ ਦੇ ਖਿਲਾਫ ਜਿਹੜੇ ਉਹਨੇ ਜੁਰਾਇਮ ਕੀਤੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਉਹ ਜਿਹੜੇ ਨਜਾਇਜ਼ ਇਹਦੇ ਅਸਾਸੇ ਨੇ ਉਹ ਕੀ ਨੇ ਹੁਣ ਇਹਦਾ ਸਭ ਤੋਂ ਵੱਡਾ ਨਜਾਇਜ਼ ਅਸਾਸਾ ਜਿਹੜਾ ਉਹ Imran Khan ਹੈ Imran Khan ਨੂੰ ਇਹ ਲੈ ਕੇ ਆਇਆ 2018 ਦੇ ਵਿੱਚ ਇਹਨੇ ਉਹਦਾ ਇਲੈਕਸ਼ਨ ਲੜਿਆ ਉਹਨੂੰ ਬੰਦੇ ਭਰਤੀ ਕਰਕੇ ਦਿੱਤੇ ਉਹਨੂੰ ਟਿਕਟਾਂ ਦਿੱਤੀਆਂ ਆਪਣੇ ਬੰਦੇ ਵਿੱਚ ਵਾੜੇ ਔਰ ਆਪ ਮੋਹਰਾਂ ਲਾ ਕੇ ਉਹਨੂੰ ਜਿਤਾਇਆ ਇਹ ਹੁਣ ਕਿਸੇ ਤੋਂ ਕੋਈ ਗੱਲ ਛੁਪੀ ਪਾਕਿਸਤਾਨ ਦੇ ਬੱਚੇ ਬੱਚੇ ਤੋਂ ਸੁਪਰੀਮ ਕੋਰਟ ਤੋਂ ਫੌਜ ਤੋਂ ਸਿਆਸਤਦਾਨਾਂ ਤੋਂ ਆਲਮੀ ਦੁਨੀਆ ਤੋਂ ਮੀਡੀਆ ਤੋਂ ਕਿਸੇ ਤੋਂ ਇਹ ਗੱਲ ਨਹੀਂ ਛੁਪੀ ਕਿ ਫੈਜ਼ ਹਮੀਦ ਨੇ ਖੁਦ ਠੱਪੇ ਲਵਾ ਕੇ ਤੇ ਇਹਨੂੰ ਜਿਤਵਾਇਆ ਕਿਆ ਇਹਨੂੰ ਇਹ ਜਿਹੜਾ ਅਸਾਸਾ ਹੈ ਚਲੋ ਇਹ ਅਸਾਸਾ ਤੇ ਅੰਦਰ ਹੈ ਕਿਆ ਇਹ ਅਸਾਸਾ ਨਜਾਇਜ਼ ਅਸਾਸਾ ਬਣਾਉਣ ਵਾਲਾ ਜਿਹੜਾ ਮਾਸਟਰ ਮਾਈਂਡ ਹੈ ਕਿਆ ਇਹਨੂੰ ਸਜ਼ਾ ਮਿਲੇਗੀ ਫੈਜ਼ ਹਮੀਦ ਨੂੰ ਅਜੇ ਤੱਕ ਤਾਂ ਕੋਈ ਨਜ਼ਰ ਨਹੀਂ ਆ ਰਿਹਾ ਮਤਲਬ ਪਾਕਿਸਤਾਨ ਦੇ ਨਿਜ਼ਾਮ ਇਨਸਾਫ ਦੀ ਗੱਲ ਕਰਨੀ ਹੈ ਨਾ ਬਸ ਸਾਰਿਆਂ ਨੂੰ ਪਤਾ ਹੈ ਕਿ ਉਹ ਮੁਜਰਮ ਹੈ ਲੇਕਿਨ ਫਰਜ਼ਾ ਕੋਈ ਨਹੀਂ ਮਤਲਬ ਫਰਜ਼ਾ ਕੋਈ ਨਹੀਂ ਤੇ ਪਾਕਿਸਤਾਨ ਅੱਗੇ ਕਿਵੇਂ ਵਧੇਗਾ ਕਿਸੇ ਤਰੀਕੇ ਨਹੀਂ ਵਧ ਸਕਦਾ ਸਵਾਲ ਹੀ ਪਤਾ ਨਹੀਂ ਹੁੰਦਾ ਕਿ ਪਾਕਿਸਤਾਨ ਅੱਗੇ ਨਿਕਲੇ ਅਗਲਾ ਜਿਹੜਾ ਹੈ ਦਾਸਾ ਸੱਤਤਰ ਮੁਕਾਦਰੀ ਉਹਨੇ ਪਾਕਿਸਤਾਨ ਦੇ ਨਾਲ ਜਿਹੜੇ ਖਿਲਵਾੜ ਕੀਤੇ ਕੀ ਉਹਨੂੰ ਸਜ਼ਾ ਮਿਲੇਗੀ ਮਤਲਬ ਕੈਨੇਡਾ ਤੋਂ ਲੈ ਕੇ 3 ਕਿਉਂ ਨੂੰ ਪਾਕਿਸਤਾਨ ਦੀਆਂ ਅਦਾਲਤਾਂ ਸਜ਼ਾ ਦੇਣ ਗਈਆਂ ਤਾਰਲ ਕਾਦਰੀ ਨੂੰ ਇਹ ਜਿਹੜਾ ਫੈਸਲਾ ਨਿਆਜ਼ ਅਸਸ ਨਹੀਂ ਦੇਣ ਗਿਆ ਪਤਾ ਨਹੀਂ ਕਿਸ ਹਾਂਸੇ ਸੰ ਦੀ ਪਤੱਕੀ ਮਾਮਲਿਆਂ ਅਸੀਂ ਤੇ ਆਵਾਜ਼ ਹੀ ਉਠਾ ਸਕਨੇ ਔਰ ਉਸ ਅੱਗੇ ਤੁਸੀਂ ਆ ਜਾਓ ਜੀ ਪੀਰਨੀ ਪੀਰਨੀ ਕਿਹਦਾ ਅਸਸ ਹੈ ਪੀਰਨੀ ਵੀ ਫੈਸਲ ਉਮੀਦ ਦਾ ਅਸਸ ਹੈ ਪੀਰਨੀ ਨੂੰ ਵੀ ਇਹਨੇ ਲਾਂਚ ਕੀਤਾ ਲਾਂਚ ਕਰਕੇ ਪੀਰਨੀ ਬਣਾਇਆ ਔਰ ਨਿਆਜ਼ੀ ਦੇ ਉੱਤੇ ਛੱਡਿਆ ਔਰ ਨਿਆਜ਼ੀ ਨੂੰ ਘੇਰ ਕੇ ਉਹਦੇ ਨਾਲ ਵਿਆਹ ਕਰਾਇਆ ਇਦੇ ਪਿੱਛੇ ਫੈਜ਼ ਉਮੀਦ ਸੀ ਸਾਰਾ ਸਾਰਾ ਖੇਡ ਉਹਨੇ ਖੇਡਿਆ ਸੀ ਔਰ ਉਸ ਤੋਂ ਬਾਅਦ ਇਹਨੇ ਰਲ ਕੇ ਮੁਲਕ ਲੁੱਟਿਆ ਪੀਰਨੀ ਨਿਆਜ਼ੀ ਫੈਜ਼ ਸਾਰਿਆਂ ਨੇ ਕਿਹਾ ਇਹ ਗੰਦਾ ਸਾਸਾ ਜਿਹੜਾ ਪੀਰਨੀ ਹੈ ਇਹਨੂੰ ਸਜ਼ਾ ਮਿਲੇਗੀ ਔਰ ਇਸ ਸਾਸੇ ਦਾ ਮਾਸਟਰ ਮਾਈਂਡ ਜਿਹੜਾ ਫੈਜ਼ ਉਮੀਦ ਇਹਨੂੰ ਸਜ਼ਾ ਮਿਲੇਗੀ ਹਜੇ ਤੱਕ ਤੇ ਸਾਨੂੰ ਕੋਈ ਨਜ਼ਰ ਨਹੀਂ ਆ ਰਹੀ ਉਹ ਕਿਹੜਾ ਇਨਸਾਫ ਤੇ ਕਿਹੜਾ ਕਾਨੂੰਨ ਤੇ ਕਿਹੜੀ ਸੁਪਰੀਮ ਕੋਰਟ ਤੇ ਕਿਹੜਾ ਜਸਟਿਸ ਤੇ ਕਿਹੜਾ ਮਤਲਬ ਸਮੇਂ ਨਹੀਂ ਸਮਝ ਆਂਦੀ ਕਿ ਅਸੀਂ ਕਿੱਥੇ ਖੜੇ ਆ ਤਾਂ ਵਾਸਤੇ ਤੇ ਸਾਡਾ ਬੇੜਾ ਗਰਕ ਹੁੰਦਾ ਆ ਬੰਗਲਾਦੇਸ਼ ਨੂੰ ਵੇਖ ਲਓ ਉਹ ਟਾਪ ਜਿਹੜੇ 10 12 ਮੁਲਕ ਨੇ ਉਹਨਾਂ ਦੇ ਵਿੱਚ ਸ਼ਾਮਲ ਹੋ ਗਏ ਤਰੱਕੀ ਹਫ਼ਤਾ ਦੇ ਵਿੱਚ ਤਰੱਕੀ ਦੇ ਸ਼ਰ੍ਹਾ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਵੇਖ ਲਓ ਕਿਉਂਕਿ ਤੁਸੀਂ ਕਿਸੇ ਨੂੰ ਸਜ਼ਾ ਹੀ ਨਹੀਂ ਦੇਣੀ ਕਿਸੇ ਨੂੰ ਤੁਹਾਡੇ ਸਾਹਮਣੇ ਮੁਜਰਮ ਬੈਠਾ ਹੁੰਦਾ ਫੈਜ਼ ਅਮੀਦ ਉੱਥੇ ਛੁਪਿਆ ਕੋਈ ਬੰਦਾ ਉਹਨੂੰ ਹੱਥ ਨਹੀਂ ਲੰਦ ਅਜੀਬ ਮਾਮਲੇ ਆਤ ਨੇ ਅੱਗੇ ਤੁਸੀਂ ਆ ਜਾਓ ਆਪਣਾ ਅਲਬੈਕਲੇ ਇਹ 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 ਵੀ ਗੰਦਾ ਸੱਸ ਹੈ ਫੈਜ਼ ਅਮੀਦ ਦਾ ਨਿਵਾਜ਼ ਸ਼ੀਫ ਦੇ اخلاق ਖਿਲਾਫ ਇਹ ਇੱਕ ਗਰੋਹ ਤਿਆਰ ਕੀਤਾ ਗਿਆ ਐ ਆਪਣਾ ਮਜ਼ਬਦ ਦੇ ਨਾਮ ਤੇ ਇਹ ਡਕੇਟ ਚੋਰ ਮਨਸ਼ਾਤ ਫਰੋਸ਼ ਗੰਦੇ ਲੋਕ ਭਰਤੀ ਕਰਕੇ ਇੱਕ ਗਰੋਹ ਬਣਾਇਆ ਗਿਆ ਜਿਹਦਾ ਨਾਮ ਲਬੈਕ ਰੱਖ ਦਿੱਤਾ ਗਿਆ ਇਹ ਗੰਦਾ ਅਸਾਸਾ ਵੀ ਤੇ ਪਾਕਿਸਤਾਨ ਦੇ ਖਿਲਾਫ ਇਸਤੇਮਾਲ ਹੋਇਆ ਧਰਤੀ ਦੇ ਖਿਲਾਫ ਇਸਤੇਮਾਲ ਹੋਇਆ ਰਿਆਸਤ ਦੇ ਖਿਲਾਫ ਇਸਤੇਮਾਲ ਹੋਇਆ ਆਵਾਮ ਦੇ ਖਿਲਾਫ ਇਸਤੇਮਾਲ ਹੋਇਆ ਕੀ ਇਸ ਗੰਦੇ ਅਸਾਸੇ ਦਾ ਹਿਸਾਬ ਹੋਏਗਾ ਕੀ ਆ ਫੈਜ਼ ਅਮੀਦ ਕੋਲ ਪੁੱਛਿਆ ਜਾਏਗਾ ਕਿ ਤੂੰ ਇਹ ਗੰਦਾ ਅਸਾਸਾ ਲਬੈਕ ਤੇ ਨਾਮ ਤੇ ਕਿਉਂ ਬਣਾਇਆ ਰਿਆਸਤ ਤੇ ਕਿਉਂ ਚੜਾਈ ਕੀਤੀ ਕੌਣ ਪੁੱਛੇਗਾ ਕਿਸੇ ਨੇ ਪੁੱਛਣਾ ਤੇ ਹੈ ਮਤਲਬ ਅਜੀਬੋ ਗਰੀਬ ਮਾਮਲਤ ਨੇ ਤੇ ਬਹਰਬਲ ਇਹ ਅਸੀਂ ਚੰਦ ਗੰਦੇ ਅਸਾਸ ਇਹਦੇ ਤੁਹਾਡੇ ਸਾਹਮਣੇ ਰੱਖੇ ਨੇ ਔਰ ਅਸੀਂ ਅਪੀਲ ਕਰਨੇ ਆ ਚੀਫ ਜਸਟਿਸ ਸਾਹਿਬ ਅੱਗੇ ਔਰ ਆਰਮੀ ਚੀਫ ਸਾਹਿਬ ਅੱਗੇ ਕਿ ਸਰ ਜੀ ਖੁਦਾਰਾ ਇਹ ਜਿੰਨੀ ਦੇਰ ਤੱਕ ਤੁਸੀਂ ਇਹ ਗੰਧ ਨਹੀਂ ਸਾਫ਼ ਕਰਨਾ ਪਾਕਿਸਤਾਨ ਅੱਗੇ ਨਹੀਂ ਵਧ ਸਕਦਾ ਜਿੰਨੀ ਮਰਜ਼ੀ ਤੁਸੀਂ ਅਮਦਾਦ ਲੈ ਆਓ ਅਮਰੀਕਾ ਕੋਲੋਂ ਚైనా ਕੋਲੋਂ ਸਾਊਦੀ ਅਰਬ ਕੋਲੋਂ ਕਤਰ ਕੋਲੋਂ ਜਿੱਥੋਂ ਜਿੱਥੋਂ ਮਰਜ਼ੀ ਡਾਲਰ ਲਿਆਓ ਜਿੰਨੀ ਦੇਰ ਤੱਕ ਤੁਸੀਂ ਸਬਬ ਖਤਮ ਨਹੀਂ ਕਰੋਗੇ ਤਬਾਈ ਦਾ ਸਬਬ ਬਨ ਨਹੀਂ ਬਨੋਗੇ ਉਨੀ ਦੇਰ ਤੱਕ ਅਸੀਂ ਅੱਗੇ ਜਾ ਹੀ ਨਹੀਂ ਸਕਦੇ ਉਹ ਬੰਗਲਾਦੇਸ਼ ਵਾਲੋ ਹੀ ਵੇਖ ਲਓ ਏ ਖੁਦਾ ਦਾ ਨਾਮ ਜੇ ਉਹਨਾਂ ਵਾਲੋ ਹੀ ਵੇਖ ਲਓ ਠੀਕ ਹੋ ਗਿਆ ਜੀ ਅਗਲੀ ਖਬਰ ਤੇ ਆਜੋ ਵੱਡੀ ਖਬਰ ਜਿਹੜੀ ਨਵਾਜ਼ ਸ਼ਰੀਫ ਦੇ ਖਿਲਾਫ ਸਾਜ਼ਿਸ਼ ਤੇ ਵੱਡੀ ਗਵਾਹੀ ਆ ਗਈ ਜਿਵੇਂ ਜਿਵੇਂ ਦਿਨ ਕਰੀਬ ਆ ਰਹੇ ਨੇ ਮੀਆਂ 와ਸੀਫ ਦੇ ਖਿਲਾਫ ਸਾਜ਼ਿਸ਼ ਕਰਨ ਵਾਲੇ ਕਿਰਦਾਰ ਜਿਹੜੇ ਨੇ ਉਹ ਬੇਨਕਾਬ ਹੁੰਦੇ ਜਾ ਰਹੇ ਨੇ بڑے بڑے ਜ਼ਾਲਮ ਕਿਰਦਾਰ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਔਰ ਜਿਹੜੇ ਉਹ ਉਹ ਸਾਜ਼ਿਸ਼ ਦੇ ਵਿੱਚ ਸ਼ਾਮਲ ਸੀ ਹਿੱਸੇਦਾਰ ਸੀ ਉਹ ਹੁਣ ਗਵਾਹ ਬਣ ਕੇ ਤੇ ਸਾਹਮਣੇ ਆ ਰਹੇ ਨੇ ਔਰ ਸਾਧੂ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਰਿਹਾ ਹੈ ਕਿ ਮੀਆਂ ਜਿਹੜਾ ਉਹ ਇਕਤਦਾਰ ਦੇ ਵਿੱਚ ਆ ਰਿਹਾ ਔਰ ਆ ਕੇ ਤੇ ਇਹ ਸਾਰਾ ਕੁਝ ਦਸਦੇ ਨੇ ਪਿਆ ਕਿ 2013 ਔਰ 2014 ਦੇ ਵਿੱਚ ਮੀਆਂ ਨਵਾਜ਼ ਸ਼ੀਫ ਦੇ ਖਿਲਾਫ ਸਾਜ਼ਿਸ਼ ਕਰਨ ਵਾਲਾ ਕੌਣ ਸੀ ਔਰ ਸਾਜ਼ਿਸ਼ ਦੇ ਵਿੱਚ ਮਲਵਿਸ ਕੌਣ ਸੀ ਔਰ ਕਿੱਥੇ ਸਾਜ਼ਿਸ਼ ਬਣਾਈ ਗਈ ਔਰ ਕਿਉਂ ਬਣਾਈ ਗਈ ਔਰ ਧਰਨੇ ਕਿੰਨੇ ਕਰਾਏ ਉਹਦੇ ਚ ਕੌਣ-ਕੌਣ ਮਲਵਿਸ ਸੀ ਇਹ ਸਾਰੀਆਂ ਚੀਜ਼ਾਂ ਉਹਨ ਜਿਹੜੇ ਹਿੱਸੇਦਾਰ ਸੀ ਵਿੱਚ ਉਹ ਆ ਕੇ ਦੱਸਦੇ ਨੇ ਪਏ ਇਹ ਹੁਣ ਜਨਾਬ ਅਜਾਜ਼ੁਲ ਹਕ ਸਾਹਿਬ ਨੇ ਇੱਕ بڑا ਗੰਦਾ ਕਿਰਦਾਰ ਹੈ ਪਾਕਿਸਤਾਨ ਦੀ ਸਿਆਸਤ ਦਾ ਵੀ ਔਰ ਵੈਸੇ ਵੀ ਪਾਕਿਸਤਾਨ ਦਾ ਇੱਕ ਬੜਾ ਗੰਦਾ ਔਰ ਕਟਿਆ ਕਿਰਦਾਰ ਹੈ ਜਿਹਦਾ ਨਾਮ ਅਜਾਜ਼ੁਲ ਹਕ ਹੈ ਇਹ ਹੁਣ ਫਰਮਾਨਦਾ ਜਿਵੇਂ ਜਦੋਂ ਨੂੰ ਪਤਾ ਲੱਗਾ ਕਿ ਮੀਆਂ ਆ ਰਹੇ ਨੇ 6 ਮਹੀਨੇ ਪਹਿਲੇ ਜ਼ਮਾਨਪਾਰਕ ਦੇ ਵਿੱਚ ਤਰੀਕ ਇਨਸਾਫ ਦਾ ਪਟਾ ਪਾਇਆ ਸੀ ਔਰ ਆਪਣੀ ਪਾਰਟੀ ਜਿਹੜੀ ਐ ਜ਼ਮ ਕੀਤੀ ਸੀ ਤਰੀਕ ਇਨਸਾਫ ਵਿੱਚ ਯਾਦ ਜੇ ਕਰਨੀ ਜੀ ਯਾਦ ਉਹ ਤਸਵੀਰ ਹਜੇ ਵੀ ਟਵਿੱਟਰ ਤੇ ਲੱਗੀ ਹੈ ਜਿਸ ਦਿਨ ਜਾ ਕੇ ਨੇ ਜ਼ਮਾਨਪਾਰਕ ਵਿੱਚ ਪਟਾ ਪਾਇਆ ਸੀ ਇਹ ਗੱਲ ਹੈ ਅਪ੍ਰੈਲ ਦੀ ਜਦੋਂ ਉਹ ਮਈ ਦੇ ਵਿੱਚ ਇਲੈਕਸ਼ਨ ਨਹੀਂ ਸੀ ਚਾਰਿਆ 14 ਮਈ ਨੂੰ ਕਿ 14 ਅਪ੍ਰੈਲ ਨੂੰ ਉਦੋਂ ਦੀ ਗੱਲ ਹੈ ਜਦੋਂ ਟਿਕਟਾਂ ਵੇਚਦਾ ਸੀ ਪਿਆ 5-5 10-10 ਕਰੋੜ ਦੀਆਂ ਉਦੋਂ ਦੀ ਗੱਲ ਹੈ ਅੱਛਾ ਇਹ ਹੁਣ ਇਹ ਹੁਣ ਬੋਲ ਪੈਂਦਾ ਮੀਡੀਆ ਤੇ ਆ ਕੇ ਇਹ ਹੁਣ ਕਹਿੰਦਾ ਜੀ 2013 ਦੇ ਵਿੱਚ ਲੰਡਨ ਪਲਾਨ ਜਿਹੜਾ ਉਹ ਬਣਿਆ ਗਿਆ ਬਣਾਇਆ ਗਿਆ ਲੰਡਨ ਦੇ ਵਿੱਚ ਦੋ ਸਾਬਕਾ ਜਰਨਲ ਐ ਜ਼ੈਰਉਲ ਇਸਲਾਮ ਔਰ ਜਰਨਲ ਪਾਸ਼ਾ ਇਹ ਦੋਨਾਂ ਨੇ ਲੰਡਨ ਦੇ ਵਿੱਚ ਮੁਲਾਕਾਤ ਕੀਤੀ ইমরান ਖਾਨ ਔਰ ਤੈਰ ਅਲ ਕਾਦਰੀ ਦੇ ਨਾਲ ਇੱਕ ਹੋਟਲ ਦੇ ਵਿੱਚ ਇਹ ਅਜਾਜ਼ੁਲ ਹੱਕ ਕਹਿ ਰਿਹਾ ਜਿਹੜਾ ਹਿੱਸਾ ਸੀ ਉਸ ਸਾਜ਼ਿਸ਼ ਦਾ ਤੇ ਉੱਥੇ ਇਹਨਾਂ ਨੇ ਪਲਾਨ ਕੀਤਾ ਕਿ ਅਸਾਂ ਨਵਾਜ਼ ਸ਼ਰੀਫ ਨੂੰ ਨਹੀਂ ਚੱਲਣ ਦੇਣਾ ਔਰ ਅਸੀਂ ਇਹਦਾ ਤਖਤਾ ਉਲਟ ਦੇਣਾ 2014 ਦੀ ਗੱਲ ਹੈ ਅਸੀਂ ਇਹਦਾ ਤਖਤਾ ਉਲਟ ਦੇਣਾ ਔਰ ਅਸੀਂ ਇਹਨੂੰ ਨਹੀਂ ਚੱਲਣ ਦੇਣਾ ਕਿਸੇ ਤਰੀਕੇ ਵੀ ਦੋ ਜਰਨੈਲ ਉਦੋਂ ਜਿਹੜੇ ਸੀ ਪਾਸ਼ਾ ਤੇ ਜ਼ਹਿਰੂਲ ਇਸਲਾਮ ਇਹਨਾਂ ਦੇ ਬਾਰੇ ਉਹ ਗੱਲ ਮੀਡੀਆ ਤੇ ਆ ਕੇ ਪਿਆ ਕਰਦਾ ਤੇ ਤੈਰ ਕਾਦਰੀ ਨੂੰ ਇਸਤੇਮਾਲ ਕੀਤਾ ਗਿਆ ਕੈਨੇਡਾ ਤੋਂ ਬੁਲਾ ਕੇ ਔਰ ਮਾਡਲ ਟਾਊਨ ਦੇ ਵਿੱਚ ਖੁਦ ਹੀ ਬੰਦੇ ਮਰਵਾਏ ਗਏ ਤਾਂ ਕਿ ਇੱਕ ਮਾਹੌਲ ਜਿਹੜਾ ਉਹ ਬਣਾਇਆ ਜਾਏ ਆਵਾਮ ਨੂੰ ਨਵਾਜ਼ ਸ਼ਰੀਫ ਦਾ ਗੰਦਾ ਚਿਹਰਾ ਵਹਾਇਆ ਜਾਏ ਸ਼ਬਾਸ਼ ਸ਼ਰੀਫ ਦਾ ਗੰਦਾ ਚਿਹਰਾ ਵਹਾਇਆ ਜਾਏ ਕਿ ਇਹਨਾਂ ਨੇ ਆ ਬੰਦੇ ਮਾਰੇ ਨੇ ਸਾਡੇ ਹਾਲਾਂਕਿ ਉਹ ਪਲਾਨ ਦਾ ਹਿੱਸਾ ਸੀ ਕਾਦਰੀ ਔਰ ਉਹਦੇ ਹਵਾਰੀ ਜਿਹੜੇ ਪਲੈਨਰ ਸੀ ਉਹਨਾਂ ਖੁਦ ਬੰਦਾ ਇੱਕ ਦੋ ਥਫੜਕਾ ਕੇ ਤੇ ਉਹਨੂੰ 14 ਦਾ ਨਾਮ ਦੇ ਤੱਕ 14 ਮਰੇ ਫੜਕਿਆ ਫੜਕਾਇਆ ਉਹਨਾਂ ਇੱਕ ਅੱਧਾ ਹੀ ਆਪਣਾ ਮੁਲਾਜ਼ਮ ਸੀ ਠੀਕ ਹੋ ਗਿਆ ਨਾ ਉਹ ਪਲਾਨ ਦਾ ਹਿੱਸਾ ਸੀ ਫਿਰ মিডিਆ ਨੂੰ ਨਾਲ ਮਲਾਇਆ ਗਿਆ ਮਲਾ ਕੇ ਗੰਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਨਵਾਜ਼ ਸ਼ਰੀਫ ਔਰ ਉਹਦੀ ਹਕੂਮਤ ਨੂੰ ਔਰ ਉਸ ਤੋਂ ਬਾਅਦ ਬੇਤਹਾਸ਼ਾ ਪੈਸਾ ਲਾ ਕੇ ਤੇ اسلام آباد ਦੀ ਚੌਕ ਤੇ ਵਿੱਚ ਲਿਆ ਕੇ ਇਹਨਾਂ ਨੂੰ ਦੋਨਾਂ ਭਾਈਆਂ ਨੂੰ ਇਕੱਠਿਆ ਕਰਕੇ ਤੇ ਕਜ਼ਨ ਬਣਾ ਦਿੱਤਾ ਗਿਆ ਔਰ ਉੱਥੇ ਬਿਠਾ ਦਿੱਤਾ ਗਿਆ ਔਰ ਨਵਾਜ਼ ਸ਼ਰੀਫ ਦੇ ਉੱਤੇ ਪ੍ਰੈਸ਼ਰ ਪਾਇਆ ਗਿਆ ਕਿ ਤੂੰ ਅਸਤੀਫਾ ਦੇ ਦੇ ਇਹ ਹੁਣ ਅਜਾਜ਼ੁਲ ਹੱਕ ਜਿਹੜਾ ਜਿਹੜਾ ਉਸ ਪਲਾਨ ਦੇ ਵਿੱਚ ਸ਼ਾਮਲ ਸੀ ਔਰ ਜਿਹਨੇ 6-8 ਮਹੀਨੇ ਪਹਿਲੇ ਤਰੀਕੇ ਇਨਸਾਫ ਦੇ ਵਿੱਚ ਆਪਣੀ ਪਾਰਟੀ ਜਮ ਕੀਤੀ ਸੀ ਜ਼ਮਾਨਪਾਰਕ ਜਾ ਕੇ ਪਟਾ ਪਾਇਆ ਸੀ ਤਰੀਕੇ ਇਨਸਾਫ ਦਾ ਆਪਣੇ ਗਲੇ ਦੇ ਵਿੱਚ ਉਹ ਬੰਦਾ ਆ ਕੇ ਹੁਣ ਇਹ ਸਾਰੇ ਇਨਕਸ਼ਾਫਾਤ ਕਰ ਰਿਹਾ ਔਰ 2014 ਦੀ ਜਿਹੜੀ ਸਾਜ਼ਿਸ਼ ਸੀ ਲੰਡਨ ਪਲਾਨ ਸੀ ਪਾਕਿਸਤਾਨ ਦੇ ਖਿਲਾਫ ਉਹਦੇ ਵਿੱਚ ਜਿਹੜੇ ਜਿਹੜੇ ਗੰਦੇ ਕਿਰਦਾਰ ਸੀ ਉਹਨਾਂ ਨੂੰ ਆ ਕੇ ਉਹਨੇ ਉਹਨਾਂ ਦਾ ਸਾਥੀ ਹੈ ਨਾ ਇਹ ਉਹਨੇ ਆ ਕੇ ਹੁਣ ਬੇਨਕਾਬ ਕਰ ਦਿੱਤਾ ਤੇ ਜਿਵੇਂ ਜਿਵੇਂ ਇਲੈਕਸ਼ਨ ਕਰੀਬ ਆ ਰਹੇ ਨੇ ਇਵੇਂ-ਇਵੇਂ ਇਹ ਜਿਹੜੇ ਗੰਦੇ ਕਿਰਦਾਰ ਨੇ ਇਹ ਖੁਦ ਬਹੁਤ ਆ ਕੇ ਆਪਣੇ ਆਪ ਨੂੰ ਖੁਦ ਹੀ ਬੇਨਕਾਬ ਕਰਨਗੇ ਤੇ ਇਸ ਵਾਸਤੇ ਮੀਆਂ ਨਵਾਜ਼ ਸ਼ੀਫ ਨੇ ਕਿਹਾ ਸੀ ਕਿ ਮੈਂ ਆਪਣਾ ਫੈਸਲਾ ਅੱਲਾ ਤੇ ਛੱਡਣਾ ਤੇ ਅੱਜ ਨਵਾਜ਼ ਸ਼ਰੀਫ ਸੁਰਖਰੂ ਹੋ ਗਿਆ ਔਰ ਇੱਕ ਗੰਦੇ ਕਿਰਦਾਰ ਜਿਹੜੇ ਨੇ ਪਾਕਿਸਤਾਨ ਦੇ ਇਹ ਅੱਜ ਬੇਨਕਾਬ ਹੋ ਰਹੇ ਨੇ ਬਹੁਤ ਸ਼ੁਕਰੀਆ